ਸਾਰੇ ਜਲੰਧਰ ਨਿਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕੋਵਿਡ 19 ਦੇ ਕੇਸਿਸ ਨੂੰ ਲੈ ਕੇ ਜਦੋਂ ਸਾਡਾ ਵਿਚਾਰ ਵਟਾਂਦਰਾ ਚੱਲਦਾ ਹੈ ਵੱਖ-ਵੱਖ ਡਾਕਟਰਸ ਦੇ ਨਾਲ, ਹਰਿਆਣਾ ਦੇ ਵੀ ਡਾਕਟਰਸ, ਕੋਈ ਹੋਰ ਚੰਡੀਗੜ੍ਹ ਸੂਬੇ ਦੇ ਡਾਕਟਰਸ, ਇੱਕ ਫੋਰਮ ਬਣਿਆ ਹੋਇਆ ਹੈ ਡਾਕਟਰਸ ਦਾ, ਜਿੱਥੇ ਵੱਖ-ਵੱਖ ਸੂਬਿਆਂ ਦਾ, ਇੰਡੀਆ ਦੇ ਵਿੱਚ ਵੱਖ-ਵੱਖ ਦੇਸ਼ਾਂ ਦਾ ਮੈਡੀਕਲ ਐਕਸਪਰਟਸ ਦਾ, ਉਹਦੇ ਵਿੱਚ ਜਦੋਂ ਅਸੀਂ ਡਿਸਕਸ ਕਰਦੇ ਹਾਂ ਤਾਂ ਇੱਕ ਤਾਂ ਫੀਡਬੈਕ ਇਹ ਵੀ ਆਉਂਦਾ ਹੈ ਕਿ ਚਲੋ ਜਿਹੜੀ ਕਿਸੇ ਨੂੰ ਪੇਸ਼ੈਂਟ ਮੈਨੇਜਮੈਂਟ ਦੀ ਗੱਲ ਹੈ, ਕਿਸੇ ਨੂੰ ਕੋਈ ਕੋਮੋਰਬਿਡਿਟੀ ਹੈ, ਡਾਇਬਟੀਜ਼ ਹੈ, ਹਾਈਪਰਟੈਂਸ਼ਨ ਹੈ, ਤੇ ਕਿਸ ਤਰੀਕੇ ਦੇ ਨਾਲ ਕੀ ਟ੍ਰੀਟਮੈਂਟ ਪ੍ਰੋਟੋਕਾਲ ਹੈ ਜਿਹਨੂੰ ਫੋਲੋ ਕਰਕੇ ਅਸੀਂ ਹੋਰ ਜਿਹੜੀ ਹੈ ਪੇਸ਼ੈਂਟ ਮੈਨੇਜਮੈਂਟ ਬੈਟਰ ਕਰ ਸਕਦੇ ਹਾਂ, ਉਹ ਚੱਲਦੀ ਰਹਿੰਦੀ ਹੈ। ਬਟ ਇੱਕ ਪੁਆਇੰਟ ਜਿਹੜਾ ਖਾਸ ਕਰ ਅਸੀਂ ਨੋਟਿਸ ਕਰ ਰਹੇ ਹਾਂ ਪੰਜਾਬ ਦੇ ਬਾਰੇ, ਉਹ ਇਹ ਦਿੱਕਤ ਆ ਰਹੀ ਹੈ ਕਿ ਕਾਫੀ ਪੇਸ਼ੈਂਟ ਜਿੱਥੇ ਮੌਤਾਂ ਹੋ ਰਹੀਆਂ ਨੇ ਉਹ ਪਹਿਲੇ 24 ਘੰਟੇ ਦੇ ਵਿੱਚ ਡੈਥਸ ਹੋ ਰਹੀ ਹੈ, ਕਿਉਂਕਿ ਪੇਸ਼ੈਂਟ ਬੜਾ ਹੀ ਲੇਟ ਰਿਪੋਰਟ ਕਰ ਰਹੇ ਹਨ। ਤੋ ਕਈ ਵਾਰ ਸਾਨੂੰ ਜਿਹੜੇ ਮੈਡੀਕਲ ਐਕਸਪਰਟ ਬਾਹਰ ਦੇ ਨੇ ਉਹ ਵੀ ਦੱਸਦੇ ਨੇ ਕਿ ਡਾਕਟਰ ਸਾਹਿਬ ਤੁਸੀਂ ਕਰੋਗੇ ਕੀ ਜੇਕਰ ਪੇਸ਼ੈਂਟ ਇੰਨੀ ਲੇਟ ਆ ਪਾ ਰਿਹਾ ਤੇ ਤੁਹਾਡੇ ਹੱਥ 'ਚ ਵਾਲੀ ਗੱਲ ਹੈ ਨਹੀਂ। ਤੇ ਇਹ ਕੁਝ ਪ੍ਰੈਕਟੀਕਲ ਡਿਫਿਕਲਟੀ ਸੀਗੀ ਆ ਵੀ ਜਿੱਥੇ ਪੇਸ਼ੈਂਟ ਵੀ ਇਸ ਸਟਿਗਮਾ ਕਰਕੇ ਕੋਈ ਹੋਰ ਕਾਰਨਾਂ ਕਰਕੇ ਗੁਰੇਜ਼ ਕਰ ਰਹੇ ਸੀਗੇ ਟੈਸਟਿੰਗ ਆਉਣ ਦੇ ਵਿੱਚੋਂ, ਤੇ ਇਸ ਕਰਕੇ ਪਿੱਛੇ ਕਾਫੀ ਅਸੀਂ ਇਹਨੂੰ ਸਟ੍ਰੀਮਲਾਈਨ ਕੀਤਾ ਹੈ। ਇੱਕ ਤਾਂ ਹੋਮ ਕੁਆਰੰਟਾਈਨ ਜਾਂ ਘਰ ਦੇ ਵਿੱਚ ਇਕਾਂਤਵਾਸ ਦੇ ਰਹਿਣ ਦੇ ਵਿੱਚ ਤੁਸੀਂ ਆਪਣੀ ਆਪਸ਼ਨ ਸੈਂਪਲਿੰਗ ਦੇ ਟਾਈਮ ਹੀ ਦੇ ਸਕਦੇ ਹੋ, ਦੁਬਾਰਾ ਤੁਹਾਨੂੰ ਕਿਸੇ ਹਸਪੀਟਲ ਜਾਂ ਸਰਕਾਰੀ ਦਫ਼ਤਰ ਦੇ ਜਾਣ ਦੀ ਲੋੜ ਨਹੀਂ। ਜਦੋਂ ਵੀ ਸੈਂਪਲ ਹੁੰਦਾ ਤੁਸੀਂ ਦੱਸ ਦਿਓ ਮੇਰੇ ਕੋਲ ਅੱਡ ਕਮਰਾ, ਮੇਰੇ ਕੋਈ ਹੋਰ ਬਿਮਾਰੀ ਨਹੀਂ ਹੈ, ਤੇ ਤੁਹਾਨੂੰ ਫੋਨ ਉੱਤੇ ਹੋਮ ਕੁਆਰੰਟਾਈਨ ਕਰ ਦਿੱਤਾ ਜਾਊਗਾ। ਕੋਈ ਘਰ ਦੇ ਵਿੱਚ ਇਕਾਂਤਵਾਸ ਦਾ ਪੋਸਟਰ ਤੁਹਾਡੇ ਘਰ ਦੇ ਬਾਹਰ ਨਹੀਂ ਲੱਗੂਗਾ। ਤੇ ਇਹ ਵੀ ਗਵਰਨਮੈਂਟ ਨੇ ਹਦਾਇਤ ਕੀਤੀ ਕਿ ਮੀਡੀਆ ਹਾਊਸਿਸ ਨੂੰ ਵੀ, ਸਾਰਿਆਂ ਨੂੰ ਵੀ ਪੇਸ਼ੈਂਟ ਕੌਨਫੀਡੈਂਸ਼ੀਅਲਿਟੀ ਦਾ ਧਿਆਨ ਰੱਖਿਆ ਜਾਵੇ। ਤੇ ਇਸ ਕਰਕੇ ਮੇਰੀ ਆਹੀ ਬੇਨਤੀ ਹੈ, ਹੁਣ ਕਾਫੀ ਸਟ੍ਰੀਮਲਾਈਨ ਹੋ ਰਿਹਾ, ਕਿਸੇ ਹੋਰ ਅਫਵਾਹਾਂ ਤੇ ਨਾ ਜਾਈਏ, ਟਾਈਮਲੀ ਟੈਸਟ ਕਰਾਈਏ ਤਾਂ ਕਿ ਟ੍ਰੀਟਮੈਂਟ ਕਰਕੇ ਆਪਾਂ ਹੋਰ ਜਾਨ ਬਚਾ ਸਕਦੇ ਹਾਂ। ਤੇ ਅੱਜ ਸਾਡੇ ਜਿਹੜੇ ਸਿਵਲ ਹਸਪੀਟਲ ਦੇ 4 ਬੜੇ ਹੀ ਜਿਹੜੇ ਮਾਹਿਰ ਇਸ ਚੀਜ਼ ਦੀ, ਜਿਹੜੀ ਕੋਵਿਡ ਦੀ ਬਿਮਾਰੀ ਨੂੰ ਟ੍ਰੀਟ ਕਰਨ ਲਈ ਮੈਡੀਕਲ ਸਪੈਸ਼ਲਿਸਟ ਤੇ ਐਨੈਸਥੈਟਿਸਟ, ਇਹ ਐਕਸਪਰਟ ਜਿਹੜੇ ਉਹਨੇ ਸਭ ਤੋਂ ਅੱਗੇ ਇਹਨਾਂ ਦੀ ਜਿਹੜਾ ਰੋਲ ਹੁੰਦਾ। ਤੇ ਅਸੀਂ 4 ਡਾਕਟਰ ਆਪ ਜੀ ਦੇ ਨਾਲ ਰੂਬਰੂ ਕਰ ਰਹੇ ਹਾਂ। ਡਾਕਟਰ ਪਿਊਸ਼ ਖੰਨਾ ਹੈਗੇ, ਇਹ ਸਾਡੇ ਐਨੈਸਥੈਟਿਸਟ ਹੈਗੇ ਸਿਵਲ ਹਸਪੀਟਲ ਦੇ। ਡਾਕਟਰ ਸਰਬਜੀਤ ਭੋਗਲ, ਇਹ ਵੀ ਸਾਡੇ ਮੈਡੀਕਲ ਅਫਸਰ ਹੈਗੇ। ਡਾਕਟਰ ਇਸ਼ੂ ਸਿੰਘ, ਇਹ ਵੀ ਮੈਡੀਕਲ ਸਪੈਸ਼ਲਿਸਟ ਹੈਗੇ। ਤੇ ਡਾਕਟਰ ਕਮਲੇਸ਼, ਐਨੈਸਥੈਟਿਸਟ। ਇਹ 4 ਡਾਕਟਰ ਆਪ ਜੀ ਦੇ ਨਾਲ ਦੱਸਣਗੇ ਵੀ ਇਹਨਾਂ ਨੇ ਆਪਣੇ ਜਿਹੜੇ ਵੱਖ ਵੱਖ ਇੰਨੇ ਪੇਸ਼ੈਂਟਸ ਦਾ ਇਲਾਜ ਡੇਲੀ ਬੇਸਿਸ ਤੇ ਕਰ ਰਹੇ ਨੇ, ਤੇ ਕੀ ਦਿੱਕਤਾਂ ਨੇ, ਕਿੱਥੇ ਕਿੱਥੇ ਕੁਝ ਕੇਸਿਸ ਦੇ ਵਿੱਚ ਅਸੀਂ ਮੌਤ ਹੋ ਰਹੀਆਂ ਨੇ, ਤੇ ਕਿੱਦਾਂ ਆਪਾਂ ਮੋਰਟੈਲਿਟੀ ਨੂੰ ਰਿਡਿਊਸ ਕਰ ਸਕਦੇ ਹਾਂ, ਤੇ ਇਹਨਾਂ ਦੀ ਗੱਲ ਆਪਾਂ ਸੁਣੀਏ ਤੇ ਫੋਲੋ ਕਰੀਏ, ਤੇ ਰਲ ਮਿਲ ਕੇ ਇਸ ਤੇ ਆਪਾਂ ਜ਼ਰੂਰ ਜਿੱਤ ਪਾਵਾਂਗੇ। ਧੰਨਵਾਦ ਜੀ ਬਹੁਤ ਬਹੁਤ ਸਾਰਾ। ਕਰੋਨਾ ਦੀ ਜੋ ਮਹਾਮਾਰੀ ਹੈ ਇਹ ਹੁਣ ਇਹਨੇ ਇੰਡੀਆ ਤੇ ਪੰਜਾਬ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਹੈ। ਪੰਜਾਬ ਵਿੱਚ ਤਕਰੀਬਨ 55,000 ਤੋਂ ਜ਼ਿਆਦਾ ਕੇਸਿਸ ਹੋ ਗਏ ਨੇ, ਜਿਹਦੇ ਵਿੱਚ ਅੱਜ ਦੀ ਡੇਟ ਵਿੱਚ ਤਕਰੀਬਨ 15,000 ਐਕਟਿਵ ਕੇਸਿਸ ਨੇ ਤੇ 1500 ਤੋਂ ਵੀ ਜ਼ਿਆਦਾ ਡੈਥਸ ਹੋ ਚੁੱਕੀਆਂ ਨੇ। ਅਸੀਂ ਜੇ ਜਲੰਧਰ ਦੇ ਆਂਕੜੇ ਦੇਖੀਏ ਤਾਂ ਇੱਥੇ ਐਟਲੀਸਟ 6,500 ਟੋਟਲ ਕੇਸ ਹੋਏ ਨੇ, ਜਿਹਦੇ ਵਿੱਚ 160 ਤੋਂ ਵੀ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਕਰੋਨਾ ਵਾਇਰਸ ਬਾਰੇ ਸਮਝਾਉਣਾ ਚਾਹਾਂਗੀ ਕਿ ਇਹ ਕਰੋਨਾ ਵਾਇਰਸ ਇੱਕ ਜਨਰਲ ਟਰਮ ਹੈ ਜਿਹਦੇ ਵਿੱਚ ਕਾਫੀ ਤਰ੍ਹਾਂ ਦੇ ਵਾਇਰਸ ਆਉਂਦੇ ਨੇ। ਤਾਂ ਜਿਹੜੀ ਮਹਾਮਾਰੀ ਇਸ ਸਾਲ ਹੋ ਰਹੀ ਹੈਗੀ ਹੈ ਉਹ ਕੋਵਿਡ-19 ਵਾਇਰਸ ਤੋਂ ਹੋ ਰਹੀ ਹੈਗੀ ਹੈ। ਤੇ ਚਲੋ ਸਭ ਤੋਂ ਪਹਿਲਾਂ ਅਸੀਂ ਸਮਝਦੇ ਕਿ ਇਹ ਬਿਮਾਰੀ ਕਿਸ ਤਰ੍ਹਾਂ ਸਪਰੈਡ ਹੁੰਦੀ ਹੈ, ਇੱਕ ਤੋਂ ਦੂਜੇ ਵਿੱਚ ਕਿਸ ਤਰ੍ਹਾਂ ਹੁੰਦੀ ਹੈ। ਇਹ ਵਾਇਰਸ ਜਿਹੜਾ ਹੁੰਦਾ ਹੈ ਇਹ ਸਾਡੀ ਮੂੰਹ ਦੇ ਵਿੱਚ, ਸਾਹ ਦੀ ਨਾਲੀ ਦੇ ਵਿੱਚ ਰਹਿੰਦਾ ਹੈਗਾ। ਤੇ ਇਹ ਜਦੋਂ ਅਸੀਂ ਖੰਘਦੇ ਹਾਂ ਜਾਂ ਸਾਹ ਲੈਂਦੇ ਹਾਂ ਤਾਂ ਇਹ ਵਾਇਰਸ ਜਿਹੜੇ ਪੇਸ਼ੈਂਟ ਪੋਜ਼ਿਟਿਵ ਹੈ ਉਹਦੇ ਵਿੱਚੋਂ ਜਾ ਕੇ ਬਾਹਰ ਆਪਣੇ ਹਵਾ ਵਿੱਚ ਆ ਜਾਂਦਾ ਹੈ। ਇਹ ਕੋਈ ਟੇਬਲ ਸਰਫੇਸਿਸ, ਬੈੱਡ 'ਚ, ਚੇਅਰ 'ਤੇ ਜਿੱਥੇ ਅਸੀਂ ਬੈਠਦੇ ਹਾਂ ਉੱਥੇ ਵੀ ਕਾਫੀ ਦਿਨ, 3 ਤੋਂ 4 ਦਿਨ ਤੱਕ ਸਰਵਾਈਵ ਕਰ ਸਕਦਾ ਹੈ। ਇਸ ਕਾਰਨ ਇਹਦਾ ਸਪਰੈਡ ਬਹੁਤ ਜ਼ਿਆਦਾ ਹੋ ਰਿਹਾ ਹੈ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਜੇ ਕਿਸੇ ਨੂੰ ਹੈਗਾ ਵਾਇਰਸ ਜਾਂ ਜੇ ਅਸੀਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹਾਂ ਸਾਨੂੰ ਮਾਸਕ ਪਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਵਿੱਚ ਜਿਹੜਾ ਏਅਰ ਦੇ ਵਿੱਚ ਹੈਗਾ ਜਾਂ ਡ੍ਰੋਪਲੈਟਸ ਦੇ ਵਿੱਚ ਕਿਸੇ ਕੋਈ ਖੰਘਦਾ ਹੈਗਾ ਜਾਂ ਛਿੱਕਦਾ ਹੈਗਾ ਉਹਦੀ ਜਿਹੜੀ ਵਿਛਾੜ ਬਾਹਰ ਆਉਂਦੀ ਹੈ ਉਹਦੇ ਵਿੱਚ ਵਾਇਰਸ ਆ ਸਕਦਾ ਹੈ। ਤਾਂ ਇਸ ਲਈ ਬਹੁਤ ਜ਼ਰੂਰੀ ਹੈ ਕਿ ਜਿਹਨੂੰ ਹੈਗਾ ਵਾਇਰਸ ਦੀ ਪ੍ਰੋਬਲਮ ਉਹ ਵੀ ਮਾਸਕ ਪਾਏ, ਤਾਂ ਜਿਹਨੂੰ ਨਹੀਂ ਹੈਗੀ ਉਹ ਵੀ ਆਪਣੀ ਪ੍ਰੋਟੈਕਸ਼ਨ ਵਾਸਤੇ ਮਾਸਕ ਜ਼ਰੂਰ ਪਾਏ। ਤੇ ਹੱਥ ਧੋਣ ਦੀ ਕੀ ਇੰਪੋਰਟੈਂਸ ਹੈਗੀ ਹੈ, ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹ ਸਰਫੇਸ ਦੇ ਵਿੱਚ ਟੇਬਲ ਦੇ ਉੱਤੇ, ਚੇਅਰ ਦੇ ਉੱਤੇ ਸਰਵਾਈਵ ਕਰ ਜਾਂਦਾ ਹੈ ਕਾਫੀ ਦੇਰ ਵਾਸਤੇ। ਤੇ ਜੇ ਅਸੀਂ ਬਾਏ ਚਾਂਸ ਟੇਬਲ ਨੂੰ ਕਿਸੇ ਟੱਚ ਕਰਦੇ ਹਾਂ ਜਿੱਥੇ ਕਿ ਵਾਇਰਸ ਹੈਗਾ ਤੇ ਬਾਅਦ 'ਚ ਆਪਾਂ ਅਸੀਂ ਅੱਖ ਮਲ ਲੈਂਦੇ ਨੇ ਜਾਂ ਮੂੰਹ ਤੇ ਹੱਥ ਲਗਾ ਲੈਂਦੇ ਨੇ ਜਾਂ ਨੱਕ ਨੂੰ ਮਲ ਲੈਂਦੇ ਨੇ ਤਾਂ ਇਹ ਆਪਣੀ ਸਾਡੀ ਬੋਡੀ ਵਿੱਚ ਜਾ ਸਕਦਾ ਹੈ। ਇਸ ਕਾਰਨ ਹੱਥ ਧੋਣੇ ਬਹੁਤ ਜ਼ਰੂਰੀ ਹੈ, ਸਾਨੂੰ 1-1 ਘੰਟੇ ਬਾਅਦ ਹੱਥ ਧੋਣੇ ਚਾਹੀਦੇ ਨੇ। ਤਾਂ ਹੱਥ ਧੋਣ ਦਾ ਇਹ ਇੰਪੋਰਟੈਂਸ ਹੈਗੀ ਕਿ ਜਿਹੜਾ
ਜਿਹੜਾ ਵਾਇਰਸ ਹੈ ਇਹ ਜਦੋਂ ਅਸੀਂ ਸਾਬਣ ਨਾਲ ਹੱਥ ਧੋਂਦੇ ਨੇ ਝੱਗ ਬਣਦੀ ਹੈ ਉਹਦੇ ਨਾਲ ਇਹ ਵਾਇਰਸ ਘੁਲ ਜਾਂਦਾ ਹੈ ਇੱਕ ਤਰ੍ਹਾਂ ਮਤਲਬ ਕਿ ਇਹ ਵਾਇਰਸ ਮਰ ਜਾਂਦਾ ਹੈ ਤਾਂ ਬੈਸਟ ਤਰੀਕਾ ਇਹਨੂੰ ਪ੍ਰੀਵੈਂਟ ਕਰਨ ਦਾ ਹੈ ਕਿ ਆਪਣੇ ਹੱਥ ਧੋਂਦੇ ਰਹੋ ਤੁਸੀਂ ਕਿਤੇ ਗਏ ਹੋ ਤੁਹਾਡੇ ਤੁਸੀਂ ਦਰਵਾਜ਼ਾ ਖੋਲਿਆ ਬੰਦ ਕੀਤਾ ਟੇਬਲ ਤੇ ਹੱਥ ਲੱਗਿਆ ਤੇ ਉਹ ਸਾਨੂੰ ਉਹਦੇ ਚੋਂ ਹੋ ਸਕਦਾ ਹੈ ਤਾਂ ਬੈਸਟ ਇਸ ਕਿ ਆਪਣੇ ਹੱਥ ਧੋਂਦੇ ਰਹੋ ਠੀਕ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਤਾਂ ਸੋਸ਼ਲ ਡਿਸਟੈਂਸਿੰਗ ਹੈਗੀ ਕਿ ਤੁਸੀਂ ਇੱਕ ਘੱਟੋ ਘੱਟ 1.5 ਤੋਂ 2 ਮੀਟਰ ਕਿਸੇ ਤੋਂ ਦੂਰ ਬੈਠਣਾ ਹੈਗਾ ਇਹਦੇ ਕਰਕੇ ਵੀ ਇੰਨੀ ਦੂਰ ਤੱਕ ਵਾਇਰਸ ਟਰੈਵਲ ਨਹੀਂ ਕਰ ਸਕਦਾ ਜੇ ਸਾਹਮਣੇ ਵਾਲਾ ਬੰਦਾ ਹੈ ਜੇ ਬਾਏ ਚਾਂਸ ਉਹਨੂੰ ਹੈਗਾ ਵਾਇਰਸ ਅਤੇ ਜੇ ਉਹ ਬੋਲ ਰਿਹਾ ਜਾਂ ਛਿੱਕ ਰਿਹਾ ਤਾਂ ਚਾਂਸਿਸ ਬਹੁਤ ਘੱਟ ਨੇ ਕਿ 1.5 ਜਾਂ 2 ਮੀਟਰ ਤੱਕ ਉਹ ਵਾਇਰਸ ਸਫ਼ਰ ਕਰਕੇ ਤੁਹਾਡੇ ਤੱਕ ਪਹੁੰਚੇ ਸੋਸ਼ਲ ਡਿਸਟੈਂਸਿੰਗ ਵੀ ਬਹੁਤ ਜ਼ਰੂਰੀ ਹੈ ਤੇ ਇਹਦੇ ਕੀ ਲੱਛਣ ਹੋ ਸਕਦੇ ਨੇ ਜੇ ਕਿਸੇ ਨੂੰ ਕੋਰੋਨਾ ਵਾਇਰਸ ਦੀ ਪ੍ਰੋਬਲਮ ਹੈਗੀ ਹੈ ਤਾਂ ਉਹਨੂੰ ਬੁਖਾਰ ਹੋ ਸਕਦਾ ਹੈ ਸਿੰਪਲ ਕੋਲਡ ਜ਼ੁਕਾਮ ਹੋ ਸਕਦਾ ਹੈ ਗਲਾ ਖਰਾਬ ਹੋ ਸਕਦਾ ਹੈ ਖੰਘ ਹੋ ਸਕਦੀ ਹੈ ਹੁਣ ਥੋੜ੍ਹੇ ਅਨਯੂਜੁਅਲ ਜੇ ਲੱਛਣ ਵੀ ਸਾਹਮਣੇ ਆ ਰਹੇ ਹੈ ਜਿਸ ਤਰ੍ਹਾਂ ਕਈ ਪੇਸ਼ੈਂਟ ਨੂੰ ਸਿਰਫ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ ਉਹ ਸਮੈਲ ਨਹੀਂ ਕਰ ਸਕਦੇ ਖੁਸ਼ਬੂ ਆਉਣੀ ਬੰਦ ਹੋ ਜਾਂਦੀ ਹੈ ਜਾਂ ਟੇਸਟ ਨਹੀਂ ਆਉਂਦਾ ਕੁਛ ਖਾਂਦੇ ਨੇ ਉਹਨੂੰ ਉਹਦਾ ਸਵਾਦ ਨਹੀਂ ਪਤਾ ਲੱਗਦਾ ਹੈ ਲੂਜ਼ ਮੋਸ਼ਨਸ ਬਹੁਤ ਜ਼ਿਆਦਾ ਹੋ ਜਾਂਦੇ ਨੇ ਈਵਨ ਕਿ ਖੰਘ ਆਉਂਦੀ ਉਹਦੇ ਵਿੱਚ ਖੂਨ ਆਉਣ ਲੱਗ ਪੈਂਦਾ ਬਲਗਮ ਦੇ ਵਿੱਚ ਉਹ ਵੀ ਇੱਕ ਸਾਈਨ ਹੈਗਾ ਇਹ ਕੋਰੋਨਾ ਵਾਇਰਸ ਦਾ ਅਤੇ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਇਹ ਕੋਈ ਵੀ ਸਿਮਟਮ ਹੈਗਾ ਹੈ ਤਾਂ ਜ਼ਰੂਰ ਤੁਸੀਂ ਹੋਸਪਿਟਲ ਆਈਏ ਸਰਕਾਰੀ ਹੋਸਪਿਟਲ 'ਚ ਇਹ ਟੈਸਟ ਬਿਲਕੁਲ ਮੁਫਤ ਹੈਗਾ ਆਪਣਾ ਟੈਸਟ ਜ਼ਰੂਰ ਕਰਾਏ ਕਿਉਂਕਿ ਬੈਟਰ ਹੈ ਕਿ ਸਾਨੂੰ ਪਤਾ ਲੱਗੇ ਕਿ ਕੀ ਕੰਡੀਸ਼ਨ ਹੈ ਛੁਪ ਕੇ ਘਰ 'ਚ ਬੈਠੇ ਰਹਿਣਾ ਤੁਹਾਡੀ ਕੰਡੀਸ਼ਨ ਹੋਰ ਵੀ ਖਰਾਬ ਹੋ ਸਕਦੀ ਹੈ ਤੇ ਜਿੰਨੀ ਜਲਦੀ ਇਹ ਡਿਜ਼ੀਜ਼ ਨੂੰ ਡਿਜ਼ੀਜ਼ ਦਾ ਪਤਾ ਲੱਗੇ ਜਾਂ ਇਹ ਡਿਜ਼ੀਜ਼ ਪਕੜੀ ਜਾਏ ਤਾਂ ਉਨੀ ਜਲਦੀ ਹੀ ਇਲਾਜ ਇਹਦਾ ਸ਼ੁਰੂ ਹੋ ਸਕਦਾ ਹੈ ਤੇ ਇਲਾਜ ਇਹ ਸਾਨੂੰ ਸਰਕਾਰ ਵੱਲੋਂ ਗਾਈਡਲਾਈਨਸ ਹੈਗੀਆਂ ਕਿ ਵੀ ਕਿਸ ਏਜ 'ਚ ਮਰੀਜ਼ ਹੈਗਾ ਉਹਦੀ ਕੀ ਕੰਡੀਸ਼ਨ ਹੈ ਨਾਲ ਕੋਈ ਡਾਇਬਟੀਜ਼ ਹੈ ਬਲੱਡ ਪ੍ਰੈਸ਼ਰ ਹੈ ਤਾਂ ਉਹਨੂੰ ਕਿਸ ਤਰ੍ਹਾਂ ਦਾ ਇਲਾਜ ਦੇਣਾ ਹੈ ਜਾਂ ਸਿੰਪਲ ਯੰਗ ਇਨਸਾਨ ਹੈ ਜਿਹੜਾ ਉਸ ਤਰ੍ਹਾਂ ਫਿੱਟ ਹੈ ਬਟ ਹੁਣ ਉਹਨੂੰ ਕਰੋਨਾ ਆ ਗਿਆ ਹੈ ਉਹਨੂੰ ਕੀ ਇਲਾਜ ਦੇਣਾ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਆਪਣੇ ਵਾਸਤੇ ਵੀ ਤਾਂ ਆਪਣੇ ਪਰਿਵਾਰ ਵਾਸਤੇ ਵੀ ਜੇ ਤੁਹਾਡੇ ਪਰਿਵਾਰ ਵਿੱਚ ਜਾਂ ਤੁਹਾਡੇ ਨੋਨ ਰਿਸ਼ਤੇਦਾਰਾਂ ਵਿੱਚ ਕੋਈ ਬਾਹਰੋਂ ਆਇਆ ਹੈ ਫੋਰਨ ਤੋਂ ਜਾਂ ਕਿਸੇ ਹੋਰ ਸਟੇਟ ਤੋਂ ਜਾਂ ਈਵਨ ਕਿਸੇ ਹੋਰ ਡਿਸਟ੍ਰਿਕਟ ਤੋਂ ਇਹ ਜ਼ਰੂਰੀ ਹੈ ਕਿ ਉਹਨੂੰ ਜ਼ਰਾ ਵੱਖਰਾ ਰੱਖਿਆ ਜਾਏ 14 ਦਿਨ ਵਾਸਤੇ ਤਾਂ ਕਿ ਜੇ ਉਹਨੂੰ ਬਾਏ ਚਾਂਸ ਕੋਈ ਇਨਫੈਕਸ਼ਨ ਆਉਂਦੇ ਵੇਲੇ ਰਸਤੇ 'ਚ ਸਫ਼ਰ 'ਚ ਹੋ ਗਈ ਹੋ ਤਾਂ ਉਹਦੇ ਲੱਛਣ 14 ਦਿਨ ਦੇ ਵਿੱਚ ਆ ਜਾਣਗੇ ਇਹ ਬਹੁਤ ਜ਼ਰੂਰੀ ਹੈ ਤੁਹਾਡੀ ਫੈਮਿਲੀ ਦੀ ਪ੍ਰੋਟੈਕਸ਼ਨ ਵਾਸਤੇ ਤੁਸੀਂ ਜਲਦੀ ਹੋਸਪਿਟਲ ਵਿੱਚ ਆਪਣੀ ਰਿਪੋਰਟ ਕਰੋ ਰਿਪੋਰਟ ਕਰਨ ਦਾ ਮਤਲਬ ਇਹ ਨਹੀਂ ਸੋਚਣਾ ਕਿ ਹੋਸਪਿਟਲ ਵਾਲੇ ਤੁਹਾਨੂੰ ਇੱਕਦਮ ਇੱਥੇ ਬੰਦ ਕਰਕੇ ਰੱਖ ਦੇਣਗੇ ਆਈਸੋਲੇਟ ਕਰ ਦੇਣਗੇ ਬਾਕੀ ਫੈਮਿਲੀ ਨੂੰ ਮਿਲਣ ਨਾ ਦੇਣ ਨਹੀਂ ਦੇਣਗੇ ਜਲਦੀ ਰਿਪੋਰਟ ਕਰਨ ਦਾ ਮਤਲਬ ਹੈ ਕਿ ਬਿਮਾਰੀ ਜਲਦੀ ਹੀ ਸਟੇਜ ਵਿੱਚ ਪਕੜੀ ਜਾਵੇ ਤਾਂ ਕਿ ਉਹਦੇ ਨੈਸੈਸਰੀ ਇਲਾਜ ਸ਼ੁਰੂ ਕੀਤਾ ਜਾਵੇ ਹੁਣ ਇਹ ਬਿਮਾਰੀ ਕਾਫੀ ਨਈ ਹੈ ਇਸ ਸਾਲ ਹੀ ਆਈ ਹੈ ਇਹਦਾ ਕੋਈ ਡੈਫੀਨੇਟ ਇਲਾਜ ਜਿਵੇਂ ਕਿ ਕੋਈ ਇੰਜੈਕਸ਼ਨ ਜਾਂ ਕੋਈ ਡੈਫੀਨੇਟ ਡਰੱਗਸ ਤਾਂ ਕੋਈ ਆਈ ਨਹੀਂ ਹੈਗੀਆਂ ਅਸੀਂ ਸਿਰਫ ਟ੍ਰੀਟਮੈਂਟ ਦਿੰਦੇ ਹਾਂ ਕਿ ਵੀ ਕੋਈ ਹੋਰ ਸੀਰੀਅਸ ਕੰਪਲੀਕੇਸ਼ਨਸ ਨਾ ਹੋ ਜਾਣ ਤਾਂ ਇਹ ਜ਼ਰੂਰੀ ਹੈ ਤੁਸੀਂ ਜਲਦੀ ਤੋਂ ਜਲਦੀ ਆਪਣੀ ਰਿਪੋਰਟ ਕਰਵਾਓ ਔਰ ਜਲਦੀ ਤੋਂ ਜਲਦੀ ਆਪਣਾ ਇਲਾਜ ਸ਼ੁਰੂ ਕਰਵਾਓ ਤਾਂ ਕਿ ਇਹ ਡਿਜ਼ੀਜ਼ ਨੂੰ ਜਲਦੀ ਪਕੜ ਕੇ ਤਾਂ ਇਹਦਾ ਇਲਾਜ ਹੋ ਸਕੇ ਅਤੇ ਕੋਈ ਜ਼ਿਆਦਾ ਸੀਰੀਅਸ ਮੋਰਟੈਲਿਟੀ ਨਾ ਹੋ ਸਕੇ ਥੈਂਕ ਯੂ ਕੋਵਿਡ-19 ਜਿਹੜਾ ਹੈ ਆਪਾਂ ਨੂੰ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਡਰਨ ਦੀ ਲੋੜ ਨੋ ਡਾਊਟ ਪਹਿਲਾਂ ਬਹੁਤ ਡਰ ਲੱਗਦਾ ਸੀਗਾ ਲੋਕਾਂ ਨੂੰ ਵੀ ਡਰ ਲੱਗਦਾ ਸੀ ਡਾਕਟਰਸ ਨੂੰ ਵੀ ਡਰ ਲੱਗਦਾ ਸੀਗਾ ਪਰ ਹੁਣ ਜਿੱਦਾਂ ਜਿੱਦਾਂ ਇਹ ਡਿਜ਼ੀਜ਼ ਵੱਧਦੀ ਜਾ ਰਹੀ ਹੈ ਸਾਨੂੰ ਪਤਾ ਲੱਗ ਗਿਆ ਹੈਗਾ ਕਿ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਇਸ ਤੋਂ ਇਹਦਾ ਸਾਹਮਣਾ ਕਰਨ ਦੀ ਲੋੜ ਹੈ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਵੀ ਆਪਣੇ ਆਪ ਨੂੰ ਜਿਹੜਾ ਹੈ ਮਾਈਲਡ ਟੂ ਮੋਡਰੇਟ ਡਿਜ਼ੀਜ਼ ਵਿੱਚ ਹੀ ਤੁਸੀਂ ਠੀਕ ਹੋਣ ਦੀ ਕੋਸ਼ਿਸ਼ ਕਰੋ ਉਹਨੂੰ ਸਿਵੀਰਿਟੀ ਤੱਕ ਨਾ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮਾਈਲਡ ਟੂ ਮੋਡਰੇਟ 'ਚ ਆਪਾਂ ਕਿੱਦਾਂ ਡਿਜ਼ੀਜ਼ ਨੂੰ ਫੜ ਸਕਦੇ ਹਾਂ ਵੀ ਤੁਹਾਨੂੰ ਕੋਈ ਵੀ ਸਾਈਨ ਕੋਈ ਵੀ ਸਿਮਟਮ ਤੁਹਾਨੂੰ ਨਜ਼ਰ ਆਉਂਦਾ ਹੈ ਜਲਦ ਤੋਂ ਜਲਦ ਆਪਣਾ ਟੈਸਟ ਕਰਾਓ ਟੈਸਟ ਕਰਾਉਣ ਤੋਂ ਬਾਅਦ ਜੇ ਤੁਹਾਨੂੰ ਲੋੜ ਲੱਗਦੀ ਹੈ ਅੱਜ ਕੱਲ੍ਹ ਸਰਕਾਰ ਨੇ ਜਿਹੜਾ ਹੈ ਹੋਮ ਕੁਆਰੰਟਾਈਨ ਦੀ ਵੀ ਆਪਸ਼ਨ ਦਿੱਤੀ ਹੋਈ ਹੈ ਲੋਕਾਂ ਨੂੰ ਤਾਂ ਪਹਿਲਾਂ ਜਿੱਦਾਂ ਲੋਕ ਹੋਸਪਿਟਲ ਆਉਣ ਤੋਂ ਡਰਦੇ ਸੀਗੇ ਅਤੇ ਹੁਣ ਜਿਹੜਾ ਹੈ ਆਪਾਂ ਨੂੰ ਹੋਮ ਕੁਆਰੰਟਾਈਨ ਦੀ ਵੀ ਆਪਸ਼ਨ ਦਿੱਤੀ ਗਈ ਹੈ ਅਤੇ ਇਸ ਲਈ ਜਿਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਨਹੀਂ ਸਾਨੂੰ ਹੋਸਪਿਟਲਾਈਜੇਸ਼ਨ ਦੀ ਲੋੜ ਹੈਗੀ ਹੈ ਹੈ ਨਾ ਉਹਦੇ 'ਚ ਆਪਾਂ ਨੂੰ ਕੀ ਕਿੱਦਾਂ ਆਪਾਂ ਨੂੰ ਪਤਾ ਲੱਗੇਗਾ ਕਿ ਸਾਨੂੰ ਹੋਸਪਿਟਲਾਈਜੇਸ਼ਨ ਦੀ ਲੋੜ ਹੈਗੀ ਹੈ ਕਿ ਨਹੀਂ ਸਾਨੂੰ ਪਤਾ ਲੱਗੇਗਾ ਕਿ ਸਾਨੂੰ ਸਾਹ ਦੀ ਤਕਲੀਫ ਤਾਂ ਨਹੀਂ ਆ ਰਹੀ ਹੈ ਜਾਂ ਸਾਹ ਦਾ ਬੁਖਾਰ ਜਿਹੜਾ ਹੈਗਾ ਉਹ ਬਿਲਕੁਲ ਠੀਕ ਨਹੀਂ ਹੋ ਰਿਹਾ ਹੈਗਾ ਜਾਂ ਸਾਨੂੰ ਖਾਂਸੀ ਹੋ ਰਹੀ ਹੈ ਹੈ ਨਾ ਇਹ ਜਿਹੜੇ 2-4 ਸਿਮਟਮਸ ਨੇ ਇਹ ਜਿਹੜੇ ਮੇਨ ਸਿਮਟਮਸ ਹੈ ਬਾਕੀ ਅੱਜ ਕੱਲ੍ਹ ਤਾਂ ਕੋਵਿਡ ਬਹੁਤ ਤਰੀਕੇ ਨਾਲ ਪ੍ਰਜੈਂਟ ਕਰਨ ਲੱਗ ਪਿਆ ਹੈ ਜਿੱਦਾਂ ਕਿ ਲੱਤਾਂ 'ਚ ਦਰਦ ਪੂਰੀ ਬਾਡੀ ਏਕਸ ਇੱਦਾਂ ਵੀ ਲੋਕ ਜਿਹੜੇ ਨੇ ਸਾਡੇ ਕੋਲ ਆ ਰਹੇ ਨੇ ਅਤੇ ਉਹਨਾਂ ਦਾ ਕੋਵਿਡ ਜਿਹੜਾ ਟੈਸਟ ਹੈ ਉਹ ਪੋਜ਼ਿਟਿਵ ਆਇਆ ਹੈ ਅਤੇ
जिस पॉइंट ते भी लोगों नूं लगता है कि नहीं हुण सानू हॉस्पिटलाइजेशन की लोड़ है, हॉस्पिटल आओ, हॉस्पिटल च तुहाडा पूरा इलाज होएगा, हॉस्पिटल च हुण साडे कोल हर तरह की मशीना है, हर तरह दवाइयां ने, सरकार ने जिहड़ा है काफ़ी इस दे उपर काम किया है ते इन्हां ने सानू उपलब्ध कराया है, ते इहदे चलदे ही आपां नूं जिहड़ा है हॉस्पिटल च ही आपां जिहड़ा माइल्ड टू मॉडरेट डिजीज च इहनूं रिस्ट्रिक्ट कर दईए ते उहनूं सिवियरिटी तक पहुँचण ही ना दईए, ताकि जिहड़ा है जिद्दां बुजुर्ग है घर च बच्चे ने जिहड़े ज़्यादा रिस्क ने, ज़्यादा रिस्क ते ने, है ना, उन्हां नूं आपां जिहड़ा हैगा ज़्यादा ध्यान देण दी लोड़ है। ते लोकां नूं बस यही है कि भई ज़्यादा तों ज़्यादा टैसट करवाओ, इह तों घबराओ ना, ਸਾਡੇ ਕੋਲ ਹਰ ਇਲਾਜ ਹੈਗਾ, ਇਹਦਾ ਸੰਭਵ ਹੈਗਾ ਹੈਗਾ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਤੁਸੀਂ ਦੇਖੋਗੇ ਕਿ ਜਿਹੜਾ ਕੋਵਿਡ, ਬਿਲਕੁਲ ਕੋਵਿਡ ਨਾਲ ਜਿਹੜਾ ਡੈਥ ਰੇਟ ਹੈ ਉਹ ਬਹੁਤ ਘੱਟ ਹੈ। ਜਿਹੜਾ ਕੋਵਿਡ ਦੇ ਨਾਲ ਜਿਹੜੀ ਹੈ ਤੁਹਾਡੀ ਕੋਮੋਰਬਿਡ ਕੰਡੀਸ਼ਨਸ ਨੇ, ਜਿੱਦਾਂ ਤੁਹਾਨੂੰ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਦਮੇ ਦੀ ਤਕਲੀਫ ਹੈ, ਇਹਨਾਂ ਤਕਲੀਫਾਂ ਕਰਕੇ ਜੇ ਉੱਪਰੋਂ ਕੋਵਿਡ ਵੀ ਹੋ ਜਾਂਦਾ ਹੈ ਤਾਂ ਉਹ ਜਿਹੜਾ ਹੈ ਉਹ ਜ਼ਿਆਦਾ ਸਮੱਸਿਆ ਹੈ। ਤੇ ਆਪਾਂ ਇਹੀ ਕੋਸ਼ਿਸ਼ ਕਰਨੀ ਹੈ ਵੀ ਜਿਹੜੇ ਬਜ਼ੁਰਗ ਨੇ, ਜਿਹਨਾਂ ਨੂੰ ਕੋਮੋਰਬਿਡ ਕੰਡੀਸ਼ਨ ਹੈ, ਜਿਹੜੇ ਬੱਚੇ ਨੇ, ਉਹਨਾਂ ਨੂੰ ਆਪਾਂ ਜਿਹੜਾ ਹੈ ਹੋਸਪਿਟਲਾਈਜ਼ ਕਰੀਏ, ਉਹਨਾਂ ਦਾ ਟੈਸਟ ਸਮੇਂ ਸਿਰ ਕਰੀਏ, ਡਿਲੇ ਨਾ ਕਰੀਏ। ਤੁਹਾਨੂੰ ਲੱਗਦਾ ਕਿ ਹਾਂ ਜੀ ਮੈਨੂੰ 2 ਦਿਨ ਦੇ ਸਿਮਟਮਸ ਆ ਰਹੇ ਹੈ, ਤਾਂ ਤੁਸੀਂ ਉਸੇ ਵੇਲੇ ਆਪਣਾ ਟੈਸਟ ਕਰਾਓ, ਇਹ ਨਾ ਇੰਤਜ਼ਾਰ ਕਰੋ ਕਿ 5-10 ਦਿਨ 'ਚ ਮੈਂ ਠੀਕ ਹੋ ਜਾਵਾਂਗਾ ਅਤੇ ਉਸ ਤੋਂ ਬਾਅਦ ਮੈਂ ਆਪਣਾ ਟੈਸਟ ਕਰਾਵਾਂਗਾ। ਅਤੇ ਜਲਦ ਤੋਂ ਜਲਦ ਟੈਸਟਿੰਗ, ਜਲਦ ਤੋਂ ਜਲਦ ਬਿਮਾਰੀ ਨੂੰ ਫੜਨਾ, ਇਹੀ ਬਿਮਾਰੀ ਦਾ ਇਲਾਜ ਹੈ। ਮੈਂ ਜਲੰਧਰ ਵਾਸੀਆਂ ਨੂੰ ਤੁਹਾਨੂੰ ਨਿਵੇਦਨ ਕਰਨਾ ਚਾਹੁੰਦਾ, ਸਭ ਤੋਂ ਵੱਡੀ ਗੱਲ ਆ ਕਿ ਕਰੋਨਾ ਜਿਹੜਾ ਜ਼ਿਆਦਾ ਫੈਲ ਰਿਹਾ ਇਹਦੇ ਮੇਨ ਕਾਰਨ ਕੀ ਆ? ਮੇਨ ਕਾਰਨ ਆ ਕਿ ਅਸੀਂ ਲੋਕਾਂ ਨੇ ਜੋ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਨਹੀਂ ਮੰਨਿਆ, ਸੋਸ਼ਲ ਡਿਸਟੈਂਸਿੰਗ ਨਹੀਂ ਰੱਖਿਆ, ਮਾਸਕ ਨਹੀਂ ਪਾਇਆ, ਹੱਥ ਸੈਨੀਟਾਈਜ਼ ਨਹੀਂ ਕੀਤੇ, ਅਸੀਂ ਭੀੜ ਭੜੱਕੇ ਇਲਾਕੇ 'ਚ ਜਾਂਦੇ ਰਹੇ, ਉਹਦੇ ਕਰਕੇ ਹੁੰਦਾ ਰਿਹਾ। ਹੁਣ ਕੀ ਆ, ਸਰਕਾਰ ਦਾ ਉਪਰਾਲਾ ਆ ਕਿ ਜਿੰਨੇ ਜ਼ਿਆਦਾ ਟੈਸਟ ਹੋ ਜਾਣ ਉਹਨੂੰ ਕਹਿੰਦੇ ਸੈਂਪਲਿੰਗ ਰੇਟ ਜ਼ਿਆਦਾ ਵਧਾਉਣਾ। ਸੈਂਪਲਿੰਗ ਰੇਟ ਵਧਾਉਣ ਦਾ ਲੋਕ ਗਲਤ ਮਤਲਬ ਲੈ ਰਹੇ। ਸੈਂਪਲਿੰਗ ਰੇਟ ਵਧਾਉਣ ਦਾ ਮਤਲਬ ਇਹ ਆ ਕਿ ਸਾਡੇ 70-80% ਲੋਕ ਇਹ ਸਿਮਟੋਮੈਟਿਕ ਆ, ਜਿਹਨਾਂ ਨੂੰ ਲੱਛਣ ਕੋਈ ਨਹੀਂ ਹੈਗਾ, ਲੱਛਣ ਕੋਈ ਨਹੀਂ, ਪਰ ਉਹਨਾਂ ਵਿੱਚ ਵਾਇਰਸ ਹੁੰਦਾ, ਉਹ ਵਾਇਰਸ ਜਦੋਂ ਦੂਜੇ ਬੰਦੇ ਨੂੰ ਮਿਲਣਗੇ ਉਹਨਾਂ ਨੂੰ ਟਰਾਂਸਮਿਟ ਕਰਨਗੇ। ਜਦੋਂ ਅਸੀਂ ਸੈਂਪਲਿੰਗ ਵਧਾਵਾਂਗੇ ਸਾਨੂੰ ਇਹ ਸਿਮਟੋਮੈਟਿਕ ਪੇਸ਼ੈਂਟ ਦਾ ਪਤਾ ਲੱਗ ਜੂਗਾ ਵੀ ਆਹ ਬੰਦਾ ਇਹ 'ਚ ਕਰੋਨਾ ਪੋਜ਼ਿਟਿਵ ਹੈਗਾ, ਅਸੀਂ ਉਸ ਨੂੰ 10 ਦਿਨ ਕੁਆਰੰਟੀਨ ਜਾਂ 14 ਦਿਨ ਆਪਾਂ ਜੋ ਸਿਹਤ ਮਹਿਕਮੇ ਦੇ ਹਦਾਇਤ ਉਹਦਾ ਮੁਤਾਬਕ ਉਹਨੂੰ ਕੁਆਰੰਟੀਨ ਕਰ ਲਵਾਂਗੇ। ਉਹ ਜਦੋਂ ਬੰਦਾ ਇੱਕ ਪਾਸੇ ਆਈਸੋਲੇਟ ਜਾਂ ਕੁਆਰੰਟੀਨ ਹੋ ਜੂਗਾ, ਉਹਦੇ ਜਿਹੜੇ ਬਿਮਾਰੀ ਆ ਦੂਜਿਆਂ ਨੂੰ ਨਹੀਂ ਜਾਏਗੀ। ਇਹਦਾ ਮਤਲਬ ਇਹ ਆ ਸਾਡੀ ਸਰਕਾਰ ਨੇ ਸਾਨੂੰ ਹੋਮ ਕੁਆਰੰਟੀਨ ਦੀਆਂ ਫੈਸਿਲਿਟੀਆਂ ਵੀ ਦਿੱਤੀਆਂ ਹੋਈਆਂ, ਸਾਨੂੰ ਜਿਹੜਾ ਈਵਨ 60 ਸਾਲ ਤੋਂ ਉੱਪਰ ਵੀ ਹੁਣ ਸਰਕਾਰ ਨੇ ਹਦਾਇਤਾਂ ਦਿੱਤੀਆਂ ਕਿ ਇਹਨਾਂ ਨੂੰ ਜਿਹਨਾਂ ਨੂੰ ਲੱਛਣ ਇਹ ਸਿਮਟੋਮੈਟਿਕ ਆ, ਲੱਛਣ ਘੱਟ ਆ, ਚਾਹੇ ਉਹ ਡਾਇਬਿਟਿਕ ਆ, ਚਾਹੇ ਉਹ ਹਾਰਟ ਪੇਸ਼ੈਂਟ ਆ, ਮੈਡੀਕਲ ਸਪੈਸ਼ਲਿਸਟ ਜਾਂ ਡਾਕਟਰ ਉਹਨਾਂ ਨੂੰ ਚੈੱਕ ਕਰਦਾ, ਜਦੋਂ ਉਹਨਾਂ ਦੀਆਂ ਬਿਮਾਰੀਆਂ ਅੰਡਰ ਕੰਟਰੋਲ ਆ, ਕੋਈ ਡਾਇਬਿਟੀਜ਼, ਕੋਈ ਸ਼ੂਗਰ, ਕੋਈ ਐਸਥਮਾ, ਜਾਂ ਕੋਈ ਪ੍ਰੈਗਨੈਂਟ ਲੇਡੀ ਆ, ਜਾਂ ਕੋਈ ਜਿਹੜੇ ਦੂਸਰੇ ਪੇਸ਼ੈਂਟ ਜਿਹੜਾ ਇਮਿਊਨਿਟੀ ਘੱਟ ਆ, ਉਹਨਾਂ ਨੂੰ ਜਦੋਂ ਉਹ ਸਟੇਬਲ ਪੇਸ਼ੈਂਟ ਆ ਅਸੀਂ ਉਹਨਾਂ ਨੂੰ ਹੋਮ ਕੁਆਰੰਟੀਨ ਦੇ ਦਿੰਦੇ ਹਾਂ। ਮੇਰੀ ਸਾਰਿਆਂ ਨੂੰ ਰਿਕੁਐਸਟ ਆ, ਆਪਣੇ ਰਿਸਪੈਕਟੇਬਲ ਸਰਪੰਚਾਂ ਨੂੰ, ਕੌਂਸਲਰਾਂ ਨੂੰ, ਜਿੰਨੇ ਮਾਣਯੋਗ ਆਪਣੇ ਆ, ਇਹ ਲੋਕਾਂ ਨੂੰ ਸਮਝਾਉਣ, ਸਾਡੇ ਵਰਕਰ, ਸਾਡੇ ਆਸ਼ਾ ਵਰਕਰ, ਸਾਡੇ ਡਾਕਟਰਸ, ਅਸੀਂ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਸਮਝਾ ਰਹੇ ਹਾਂ ਕਿ ਜਿਹੜੀਆਂ ਜ਼ਿਆਦਾ ਆਪਾਂ ਟੈਸਟਿੰਗ ਕਰਨੀ, ਟੈਸਟਿੰਗ ਜ਼ਰੂਰ ਕਰਾਓ। ਜਦੋਂ ਵੀ ਕਿਸੇ ਨੂੰ ਮਾੜਾ ਮੋਟਾ ਲੱਛਣ, ਬੁਖਾਰ, ਖਾਂਸੀ, ਜ਼ੁਕਾਮ, ਗਲਾ ਖਰਾਬ, ਪੇਟ ਖਰਾਬ, ਜਾਂ ਮਾੜੀ ਮੋਟੀ ਸਾਹ ਚੜ੍ਹਦਾ, ਜਾਂ ਜੋ ਵੀ ਬੋਡੀ ਪੇਨਸ ਆ, ਤਾਂ ਉਸ ਨੂੰ ਜ਼ਰੂਰ ਕਿਰਪਾ ਕਰਕੇ ਜ਼ਰੂਰ ਸਾਡੇ ਸਿਵਲ ਹੋਸਪਿਟਲ ਦੀਆਂ ਸੇਵਾਵਾਂ ਜਾਂ ਸਾਡੇ CSC ਦੀਆਂ ਸੇਵਾਵਾਂ, ਜਿੱਥੇ ਵੀ ਸਾਡੇ ਆਸ਼ਾ ਵਰਕਰ ਆ, ਜਿੱਥੇ ਵੀ ਸਾਡੇ ANM ਭੈਣ ਜੀ ਆ, ਮਲਟੀਪਲ ਵਰਕਰ ਆ, ਡਾਕਟਰ ਆ, ਸਾਰਿਆਂ ਨੂੰ ਦੱਸੋ ਅਤੇ ਕਿਰਪਾ ਕਰਕੇ ਟੈਸਟ ਕਰਾਓ। ਟੈਸਟ ਕਰਾਉਣ ਦਾ ਕੋਈ ਨੁਕਸਾਨ ਨਹੀਂ ਹੈਗਾ, ਇਹ ਮਨ ਵਿੱਚ ਭੁਲੇਖਾ ਆ ਕਿ ਤੁਹਾਨੂੰ ਬੰਦ ਕਰ ਦੇਣਾ 14 ਦਿਨ ਲਈ। 14 ਦਿਨ ਲਈ ਤੁਸੀਂ ਜਦੋਂ ਕੁਆਰੰਟੀਨ ਹੋਣਾ ਜਾਂ ਆਈਸੋਲੇਟ ਹੋਣਾ, ਤੁਹਾਡੀ ਆਪਣੀ ਫੈਮਿਲੀ ਦਾ ਵੀ ਬਚਾਅ ਹੋਣਾ ਨਾ, ਕਿਉਂਕਿ ਜਦੋਂ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਆਪਣੀ ਫੈਮਿਲੀ ਤੋਂ ਵੀ ਥੋੜ੍ਹਾ ਦੂਰ ਹੋਵੋਗੇ, ਇੱਕ ਘਰ 'ਚ ਕਮਰਾ ਵੱਖਰਾ ਲਓਗੇ, ਜਾਂ ਸਾਡੇ ਕੋਲ ਮੈਰੀਟੋਰੀਅਲ ਸਕੂਲ ਨੇ ਜਾਂ ਜਿੱਥੇ ਅਸੀਂ ਤੁਹਾਨੂੰ ਰੱਖਦੇ ਹਾਂ ਉੱਥੇ 3 ਟਾਈਮ ਦਾ ਖਾਣਾ ਵੀ ਦਿੰਦੇ ਹਾਂ, ਤੁਹਾਨੂੰ ਦੂਜੀ ਪਬਲਿਕ ਤੋਂ ਤਾਰੀ ਬਚਾਉਂਦੇ ਹਾਂ ਕਿ ਇਹ ਕਮਿਊਨਿਟੀ ਵਿੱਚ ਨਾ ਸਪਰੈਡ ਹੋਵੇ। ਸੈਕਿੰਡ ਥਿੰਗ ਇਹ ਹੈ ਕਿ ਜਿਹੜਾ ਹੁਣ ਆਪਾਂ
ਡੈਥ ਰੇਟ ਵੱਧ ਰਹੀ ਹੈ। ਡੈਥ ਰੇਟ ਵਧਣ ਦਾ ਮੇਨ ਕਾਰਨ ਇਹ ਆ ਕਿ ਸਾਡੇ ਕੋਲ ਪੇਸ਼ੈਂਟ ਲਾਸਟ ਸਟੇਜ 'ਤੇ ਪਹੁੰਚਦਾ, ਉਹ ਘਰ ਪਹਿਲਾਂ ਦਵਾ ਦਾਰੂ ਕਰੀ ਜਾਂਦਾ ਕਿਸੇ ਕੈਮਿਸਟ ਕੋਲ ਜਾਂ ਇੱਧਰ ਉੱਧਰੋਂ ਦਵਾਈ ਖਾਈ ਜਾਂਦਾ, ਜਦੋਂ ਉਹਦੇ ਵਿੱਚ ਬਿਲਕੁਲ ਫੇਫੜੇ ਜਵਾਬ ਦੇ ਜਾਂਦੇ ਆ, ਆਕਸੀਜਨ ਸਾਹ ਨਿਕਲਦਾ ਹੀ ਨਹੀਂ, ਜਾਂ ਉਹਨੂੰ ਅਸੀਂ ਕਹਿੰਦੇ ਸਾਈਟੋਕੋਮ ਸਟ੍ਰੋਮਸ ਆ ਜਾਂਦੇ ਆ, ਉਦੋਂ ਜੋ ਸਾਡੇ ਕੋਲ ਆਉਂਦਾ ਤਾਂ ਉਹ ਸੰਭਾਲਣਾ ਬੜਾ ਔਖਾ ਹੋ ਜਾਂਦਾ। ਉਹਦੇ ਵਿੱਚ ਕੀ ਆ ਮੇਜਰ ਫੈਕਟਰ, ਜਿਹਦੇ ਵਿੱਚ ਸ਼ੂਗਰ ਹੋ ਗਈ ਆ ਜਾਂ ਲੰਗ ਦੀ ਆ, ਪੁਰਾਣੇ ਫੇਫੜੇ ਬਿਮਾਰੀ ਆ, ਐਸਥਮੈਟਿਕ ਪੁਰਾਣਾ ਟੀ ਵੀ ਮਰੀਜ਼ ਹੈਗਾ, ਜਾਂ ਜਿਹੜੇ ਹਾਈਪਰ ਟੈਂਸ਼ਨ ਆ, ਜਿਹੜਾ ਹਾਰਟ ਕਮਜ਼ੋਰ ਆ, ਜਿਹੜਾ ਹਾਰਟ ਦੀ ਬਿਮਾਰੀ ਕੋਰਨ, ਇੱਧਰ ਦੀਆਂ ਜਿਹੜੀਆਂ ਮਲਟੀਪਲ ਕੋ ਫੈਕਟਰਸ ਨੇ, ਉਹ ਮਰੀਜ਼ਾਂ ਨੂੰ ਇਹ ਬਿਮਾਰੀ ਬਹੁਤ ਜਲਦੀ ਢਾਲ ਲੈਂਦੀ ਆ, ਜਾਂ ਜਿਹਨਾਂ ਵਿੱਚ ਇਮਿਊਨ ਸਿਸਟਮ ਘੱਟ ਆ, ਬੰਦਾ ਸ਼ੁਰੂ ਤੋਂ ਕਮਜ਼ੋਰ ਆ, ਇੱਦਾਂ ਦੇ ਮਰੀਜ਼ਾਂ ਨੂੰ ਤਾਂ ਖਾਸ ਕਰ ਜਦੋਂ ਵੀ ਕੋਈ ਮਾੜਾ ਮੋਟਾ, ਪਹਿਲੀ ਗੱਲ ਤਾਂ ਇਹਨਾਂ ਨੂੰ ਭੀੜ ਭੜੱਕੇ ਇਲਾਕੇ 'ਚ ਨਹੀਂ ਜਾਣਾ ਚਾਹੀਦਾ, ਮੂੰਹ 'ਤੇ ਮਾਸਕ ਲਾਉਣਾ ਚਾਹੀਦਾ, ਜੋ ਵਾਰ ਵਾਰ ਸਾਬਣ ਨਾਲ ਹੱਥ ਧੋਣੇ ਚਾਹੀਦੇ ਆ, ਇੱਧਰ ਇਹ ਚੀਜ਼ਾਂ ਵਾਰ ਵਾਰ ਕਰਨੀਆਂ ਚਾਹੀਦੀਆਂ। ਜੇ ਉਹਦੇ ਬਾਵਜੂਦ ਵੀ ਪੇਸ਼ੈਂਟ ਨੂੰ ਕੋਈ ਸਾਈਨ ਜਾਂ ਸਿਮਟਮ ਆਉਂਦਾ, ਕਿਰਪਾ ਕਰਕੇ ਸਾਡੇ ਸਰਕਾਰੀ ਹੋਸਪਿਟਲ ਵਿੱਚ ਆਓ, ਜਾਂ ਜਿਹੜੇ ਵੀ ਪ੍ਰਾਈਵੇਟ ਕਿਤੇ ਵੀ ਜਾਣਾ, ਆਪਣੇ ਟੈਸਟ ਜ਼ਰੂਰ ਕਰਾਓ। ਜਦੋਂ ਟੈਸਟ ਕਰਾ ਲੈਂਦੇ ਹੋ ਤਾਂ ਸਾਨੂੰ ਪਤਾ ਲੱਗ ਜਾਂਦਾ, ਤੁਹਾਡੇ ਐਕਸਰੇ ਹੋ ਜਾਂਦਾ ਵੀ ਬੰਦਾ ਕਿਹੜੀ ਸਟੇਜ 'ਚ ਆ, ਉਸਨੂੰ ਉਸੇ ਸਟੇਜ 'ਤੇ ਲੈਵਲ 1 ਲੈਵਲ 2 ਜਾਂ ਜਿਹੜੇ ਵੀ ਹੋਸਪਿਟਲ ਸਟੇਜ 'ਤੇ, ਅਸੀਂ ਫਟੇ ਉਸੇ ਟਾਈਮ ਇਲਾਜ ਸ਼ੁਰੂ ਕਰ ਸਕੀਏ। ਜਿੰਨੀ ਦੇਰ ਦੇ ਨਾਲ ਇਲਾਜ ਹੋਏਗਾ, ਜਦੋਂ ਮਰੀਜ਼ ਦੀ ਮੋਰਟੈਲਿਟੀ ਲੇਟ ਇਲਾਜ ਦੇ ਨਾਲ ਹੁੰਦੀ ਆ, ਜਲਦੀ ਇਲਾਜ ਨਾਲ ਨਹੀਂ ਹੁੰਦੀ। ਸਾਡੇ ਕੋਲ ਜਦੋਂ ਕਈ ਪੇਸ਼ੈਂਟ ਮੋਸਟਲੀ ਦੇਖਿਆ ਗਿਆ, ਮਰੀਜ਼ ਲਾਸਟ ਸਟੇਜ 'ਤੇ ਆਉਂਦਾ, ਕਈ ਵਾਰ ਗਾਸਪਿੰਗ ਸਟੇਜ 'ਤੇ ਆਉਂਦਾ, ਗੁਰਦੇ ਫੇਲ ਹੁੰਦੇ ਆ, ਕਿਡਨੀ ਫੇਲਰ ਕਰਕੇ ਆਉਂਦਾ, ਹਾਰਟ ਫੇਲਰ ਕਰਕੇ ਆਉਂਦਾ, MI ਅਟੈਕ ਕਰਕੇ ਆਉਂਦਾ, ਜਿਹੜਾ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ। ਇਨਸਪਾਈਟ ਆਫ ਅਸੀਂ ਬੈਸਟ ਐਫਰਟ ਕਰਦੇ ਹੋਏ, ਆਪਣੇ ਸਾਡੀਆਂ ਟੀਮਾਂ, ਸਾਡੇ ਹੋਸਪਿਟਲ, ਸਾਡੇ ਸਟਾਫ ਸਾਰੇ ਬੈਸਟ ਐਫਰਟ ਕਰਦੇ ਹੋਏ ਵੀ ਸਾਨੂੰ ਇੱਕ ਅਨਮੋਲੀ ਜਾਨ ਆਪਣੇ ਸਾਡੇ ਉੱਥੋਂ ਨਿਕਲ ਜਾਂਦੀ ਆ, ਇਹਦਾ ਬਚਾਅ ਇੱਕੋ ਹੀ ਆ, ਕਿਰਪਾ ਕਰਕੇ ਸੈਂਪਲਿੰਗ ਜ਼ਿਆਦਾ ਤੋਂ ਜ਼ਿਆਦਾ ਕਰਾਓ, ਸੋਸ਼ਲ ਡਿਸਟੈਂਸਿੰਗ ਰੱਖੋ, ਮੂੰਹ 'ਤੇ ਮਾਸਕ ਪਾ ਕੇ ਰੱਖੋ। ਦੇਖੋ ਦੂਸਰਾ ਬੰਦਾ ਉਹਨੂੰ ਕਹੋ ਭਰਾਵਾ ਤੈਨੂੰ ਵੀ ਸਹੀ ਸੁਣਦਾ, ਮੈਨੂੰ ਵੀ ਸਹੀ ਸੁਣਦਾ, ਉੱਚਾ ਬੋਲਣਾ, ਨਹੀਂ ਸਮਝ ਐਵੇਂ ਨੇੜੇ ਹੋ ਕੇ ਮੂੰਹ ਦੇ ਨੇੜੇ ਦੇ ਹੋ ਕੇ ਗੱਲ ਕਰਨੀ, ਜਾਂ ਇਹ ਆਪਾਂ ਜਦੋਂ ਬਚਾਅ ਰੱਖਾਂਗੇ ਇਹਦੇ ਨਾਲ ਹੀ ਸਾਡਾ ਬਚਾਅ ਹੋ ਸਕਦਾ। ਜੇ ਆਪਾਂ ਕਹੀਏ ਕਿ ਇਹਦੀ ਕੋਈ ਵੈਕਸੀਨ ਜਾਂ ਹਾਲੇ ਨਹੀਂ ਆਈ, ਸਾਡੇ ਸਾਇੰਟਿਸਟ ਲੱਗੇ ਹੋਏ ਆ, ਕਿਰਪਾ ਕਰਕੇ ਮੌਤ ਦਰ ਘਟਾਉਣ ਵਾਸਤੇ ਸੋਸ਼ਲ ਡਿਸਟੈਂਸਿੰਗ, ਮਾਸਕ ਪਾ ਕੇ ਰੱਖੋ, ਅਤੇ ਸਭ ਤੋਂ ਵੱਡੀ ਗੱਲ ਆ ਸੈਂਪਲਿੰਗ ਜ਼ਰੂਰ ਕਰਾਓ। ਇਹ ਜਿਹੜਾ ਜੋ ਅੱਜ ਕੱਲ੍ਹ ਮਾਸ ਮੀਡੀਆ 'ਤੇ ਕਈ ਪਾਸੇ ਖਬਰਾਂ ਆਉਂਦੀਆਂ ਵੀ ਅੰਗ ਕੱਢ ਲੈ ਜਾ ਹੋ ਗਿਆ, ਦੇਖੋ ਜਦੋਂ ਤੁਸੀਂ ਕਦੀ ਸੁਣਿਆ ਹੋਣਾ ਪੜ੍ਹੇ ਲਿਖੇ ਲੋਕੋਂ, ਜਦੋਂ ਟ੍ਰਾਂਸਪਲਾਂਟ ਕਰਾਉਣਾ ਹੋਵੇ ਉਹਦੇ ਵਿੱਚ ਮਿਸਮੈਚਿੰਗ, DNA ਮੈਚ, ਬਲੱਡ ਮੈਚ, ਇੱਦਾਂ ਕਈ ਕੁਛ ਹੀ ਹੁੰਦਾ, ਅਤੇ ਇੱਥੇ ਕਰੋਨਾ ਵਾਲੇ ਦੇ ਵਿੱਚ ਕਿੱਦਾਂ ਹੋ ਸਕਦਾ। ਇਟ ਇਜ਼ ਵੈਰੀ, ਕਿਉਂਕਿ ਇਹ ਸ਼ਰਾਰਤੀ ਅਨਸਰ ਆ, ਇਹ ਸਾਡਾ ਅਕਸ਼ ਖਰਾਬ ਕਰ ਰਿਹਾ, ਸਾਡੀ ਮੁਹਿੰਮ ਨੂੰ ਖਰਾਬ ਕਰ ਰਿਹਾ, ਪੰਜਾਬ ਮਿਸ਼ਨ ਜਿਹੜਾ ਸਾਡੇ ਕੈਪਟਨ ਸਾਹਿਬ ਨੇ ਚਲਾਇਆ ਉਹਨੂੰ ਫਿਰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਪੰਜਾਬ ਦੇ ਲੋਕਾਂ ਨੂੰ, ਅਸੀਂ ਈਵਨ ਭਾਰਤ ਦੇ ਸਾਰੇ ਲੋਕਾਂ ਨੂੰ ਇਹ ਬਚਾਉਣਾ ਚਾਹੁੰਦੇ, ਇਸ ਬਿਮਾਰੀ ਤੋਂ ਖੁਦ ਵੀ ਬਚਣਾ ਚਾਹੁੰਦੇ, ਦੂਜਿਆਂ ਨੂੰ ਬਚਾਉਣਾ ਚਾਹੁੰਦੇ। ਕਿਰਪਾ ਕਰਕੇ ਸੈਂਪਲਿੰਗ ਵਧਾਓ, ਪਹਿਲੇ ਮੂਮੈਂਟ 'ਤੇ ਜਦੋਂ ਤੁਹਾਨੂੰ ਕੋਈ ਸਿੰਪਟਮ ਆਉਂਦਾ ਉਸੇ ਟਾਈਮ ਸਾਡੇ ਸਰਕਾਰੀ ਮਹਿਕਮੇ 'ਚ ਆਓ, ਆਪਣੇ ਟੈਸਟ ਕਰਾਓ। ਬਹੁਤ ਮਿਹਰਬਾਨੀ, ਧੰਨਵਾਦ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਅੱਜ ਕੱਲ੍ਹ ਕਰੋਨਾ ਦੀ ਸਥਿਤੀ ਬਹੁਤ ਵਿਕਰਾਲ ਰੂਪ ਲੈ ਚੁੱਕੀ ਹੈ, ਅਤੇ ਜਲੰਧਰ ਜ਼ਿਲ੍ਹੇ ਦੇ ਵਿੱਚ ਮੌਤਾਂ ਦਾ ਦਰ ਬਹੁਤ ਵੱਧ ਗਿਆ। ਹੁਣ ਜਿਹੜੇ ਜ਼ਿਲ੍ਹੇ ਜਿੱਥੇ ਕਰੋਨਾ ਦਾ ਨਹੀਂ ਪ੍ਰਕੋਪ ਸੀ, ਛੋਟੇ ਜ਼ਿਲ੍ਹੇ ਸੰਗਰੂਰ, ਮਾਨਸਾ, ਉੱਥੇ ਵੀ ਕਰੋਨਾ ਫੈਲ ਗਿਆ, ਅਤੇ ਹਰ ਜ਼ਿਲ੍ਹੇ ਦੇ ਵਿੱਚ ਪੂਰੇ ਪੰਜਾਬ 'ਚ ਇਹ ਕਰੋਨਾ ਭਿਆਨਕ ਰੂਪ ਲੈ ਰਿਹਾ। ਅਸੀਂ ਦੇਖਿਆ ਕਿ ਜਦੋਂ ਲੋਕਡਾਊਨ ਸੀਗਾ ਉਦੋਂ ਇਹਦਾ ਫੈਲਣ ਦਾ ਰੇਟ ਘੱਟ ਸੀਗਾ, ਪਰ ਹੁਣ ਜਦੋਂ ਕਿ ਖੁੱਲ੍ਹ ਗਿਆ, ਅਨਲੋਕ ਹੋ ਰਿਹਾ, ਉਦੋਂ ਇਹ ਸਾਰੇ ਰੇਟ ਬਹੁਤ ਜ਼ਿਆਦਾ ਵੱਧ ਗਏ। ਲੋਕ ਕਹਿ ਰਹੇ ਕਿ ਅਸੀਂ ਘਰੋਂ ਮਾਸਕ ਲਗਾ ਕੇ ਜਾਂਦੇ ਹਾਂ, ਫਿਰ ਕਿਉਂ ਕਰੋਨਾ ਬਿਮਾਰੀ ਵੱਧ ਰਹੀ? ਅਸੀਂ ਸਾਰੇ ਨਹੀਂ, ਅਸੀਂ ਪਰਹੇਜ਼ ਕਰ ਰਹੇ ਹਾਂ, ਅਸੀਂ ਹੱਥ ਧੋ ਰਹੇ ਹਾਂ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਪਰ ਫਿਰ ਵੀ ਇਹ ਕਰੋਨਾ ਕਿਉਂ ਵੱਧ ਰਿਹਾ? ਲੋਕ ਇਹ ਦੇਖਣ 'ਚ ਆਇਆ ਕਿ ਲੋਕ ਆਪਣੇ ਵੱਲੋਂ ਮਾਸਕ ਜ਼ਰੂਰ ਲਗਾਉਂਦੇ ਆ, ਪਰ ਲੋਕਾਂ ਦਾ ਮਾਸਕ ਪੂਰੇ ਸਹੀ ਤਰੀਕੇ ਨਾਲ ਨੱਕ ਦੇ ਨਹੀਂ ਢੱਕਿਆ ਹੁੰਦਾ। ਲੋਕ ਜਦੋਂ ਡਿਊਟੀ 'ਚ ਜਾਂਦੇ ਆ, ਦੋਸਤਾਂ ਨਾਲ ਬਹਿ ਕੇ ਚਾਹ ਖਾਣਾ ਪੀਣਾ, ਜਾਂ ਬਾਹਰ ਜਾਂਦੇ ਆ ਕਿਸੇ ਸ਼ਾਦੀ ਵਿਆਹ 'ਤੇ ਖਾਣੇ ਦੀ ਈਟੇਬਲਸ ਲੈਂਦੇ, ਰੈਸਟੋਰੈਂਟਸ 'ਚ ਜਾਂਦੇ ਆ, ਇਕੱਠ 'ਚ ਜਦੋਂ ਹੁੰਦੇ ਆ, ਇਹ ਬਿਮਾਰੀ ਉਦੋਂ ਜ਼ਿਆਦਾ ਫੈਲਣ 'ਚ ਆ ਰਹੀ ਹੈ। ਅਸੀਂ ਸਾਨੂੰ ਜਦੋਂ ਘਰ ਵੀ ਆਉਂਦੇ, ਸਾਨੂੰ ਲੱਗਦਾ ਕਿ ਸਾਡੇ ਰਿਸ਼ਤੇਦਾਰ ਹੈਗੇ, ਇਹਨਾਂ ਨੂੰ ਤਾਂ ਕਰੋਨਾ ਹੋ ਨਹੀਂ ਸਕਦਾ, ਉਦੋਂ ਅਸੀਂ ਬਹੁਤ ਕੈਜੂਅਲੀ ਲੈ ਲੈਂਦੇ ਹਾਂ। ਜਦੋਂ ਆਪਣੀ ਦੋਸਤਾਂ ਨਾਲ ਹੁੰਦੇ ਹਾਂ ਤਾਂ ਅਸੀਂ ਕੈਜੂਅਲੀ ਲੈ ਲੈਂਦੇ, ਇਸ ਕਰਕੇ ਇਹ ਬਿਮਾਰੀ ਦਾ ਰੇਟ ਜਦੋਂ ਅਸੀਂ ਦੇਖਿਆ ਵੱਧ ਗਿਆ। ਅਤੇ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਆਪਣਾ ਮਾਸਕ, ਜੇ ਹਰ ਬੰਦਾ 'ਚ ਸਹੀ ਤਰੀਕੇ ਨਾਲ ਮਾਸਕ ਬੰਨੇਗਾ ਤਾਂ 90% ਲੋਕਡਾਊਨ ਦਾ ਇਫੈਕਟ ਤੁਹਾਨੂੰ ਦੇਖਣ ਨੂੰ ਮਿਲੇਗਾ। ਹੁਣ ਅਸੀਂ
ਗੱਲ ਕਰਦੇ ਹਾਂ, ਇਹ ਹੈਗੀ ਐਕਸਪੋਜ਼ਰ, ਪਹਿਲਾ ਪੁਆਇੰਟ ਹੈ ਐਕਸਪੋਜ਼ਰ ਕਿੱਥੋਂ ਹੋ ਰਿਹਾ, ਬਾਹਰ ਜਾਣ ਨਾਲ, ਮਿਲਣ ਵਰਤਣ ਨਾਲ, ਇਹ ਤੁਹਾਨੂੰ ਲੋਕਾਂ ਨਾਲ ਗੱਲਬਾਤ ਕਰਨ। ਹੁਣ ਲੋਕ ਕਹਿੰਦੇ ਮੈਂ ਤਾਂ ਮਾਸਕ ਲਗਾਇਆ, ਅਗਲੇ ਨੇ ਨਹੀਂ ਲਗਾਇਆ, ਉਹ ਤੁਸੀਂ ਅਗਲੇ ਨੂੰ ਵੀ ਸਮਝਾਉਣਾ ਕਿ ਤੁਹਾਡੇ ਮਾਸਕ ਲਗਾਉਣ ਨਾਲ ਤੁਸੀਂ ਅਸਿਮਟੋਮੈਟਿਕ ਹੋ ਸਕਦੇ ਹੋ। ਸਭ ਨੂੰ ਪਤਾ ਹੈ ਕਿ ਕਰੋਨਾ ਦੇ ਲੱਛਣ ਅੱਜ ਕੱਲ੍ਹ 70-80% ਲੋਕਾਂ ਅਸਿਮਟੋਮੈਟਿਕ ਨੇ, ਅਤੇ ਬਾਕੀ ਜਿਹੜੇ ਸੀਰੀਅਸ ਮਰੀਜ਼ ਹੈ ਉਹ ਹੋਸਪਿਟਲ ਜਾਂਦੇ, ਜਾਂ ਜਿਨ੍ਹਾਂ ਨੂੰ ਬੁਖਾਰ, ਖਾਂਸੀ, ਸ਼ੋਰਟਨੈਸ ਆਫ ਬ੍ਰੈਥ ਹੈਗੀ ਹੈ, ਇਹਨਾਂ ਦੇ ਇਹ ਸਾਰੇ ਲੱਛਣਾਂ ਆਉਂਦੇ ਹੋ, ਜਿਨ੍ਹਾਂ ਨੂੰ ਅਸੀਂ ਸਿਮਟੋਮੈਟਿਕ ਮਰੀਜ਼ ਕਹਿ ਦਈਦੇ। ਕਾਫੀ ਹੱਦ ਤੱਕ ਮਰੀਜ਼ ਅਸਿਮਟੋਮੈਟਿਕ ਦੀ ਸ਼੍ਰੇਣੀ ਦੇ ਵਿੱਚ ਹੈ। ਹੁਣ ਅਸੀਂ ਘਰ ਜਾਂਦੇ ਹਾਂ, ਉਦੋਂ ਅਸੀਂ ਕੀ ਚੀਜ਼ਾਂ ਦੇਖਣੀਆਂ, ਜੋ ਕਿ ਡਾਕਟਰਸ ਕਰ ਰਹੇ ਹੈ ਕਿ ਘਰ ਜਾਂਦੇ ਸਾਰ ਆਪਣੇ ਕੱਪੜੇ ਅਲੱਗ, ਨਹਾਉਣਾ ਅਲੱਗ, ਬਾਥਰੂਮ ਅਲੱਗ, ਆਪਣੇ ਆਪ ਨੂੰ ਜੇ ਤੁਸੀਂ ਬਾਹਰੋਂ ਆ ਰਹੇ ਹੋ ਆਪਣੇ ਗਰਾਰੇ ਕਰੋ, ਆਪਣਾ ਸਟੀਮ ਲਓ, ਇਹ ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ ਜਿਹੜੇ ਅਸੀਂ ਬਚਾਅ ਕਰਨਾ ਹੈ। ਕੋਸ਼ਿਸ਼ ਇਹੀ ਕਰੀਏ ਕਿ ਬਿਮਾਰੀ ਆਉਣ ਤੋਂ ਪਹਿਲਾਂ ਹੀ ਅਸੀਂ ਬਚਾਅ ਵੱਲ ਧਿਆਨ ਦਈਏ। ਜੇ ਬਿਮਾਰੀ ਫਿਰ ਵੀ ਆ ਜਾਂਦੀ ਹੈ, ਜਾਂ ਬੰਦਾ ਅਸਿਮਟੋਮੈਟਿਕ ਹੈ, ਬੰਦੇ ਨੂੰ ਬੁਖਾਰ ਹੁੰਦਾ, ਬੁਖਾਰ ਬੰਦਾ ਆਮ ਤੌਰ 'ਤੇ ਕੈਮਿਸਟ ਤੋਂ ਲੈ ਕੇ ਦਵਾਈ ਲੈ ਲੈਂਦਾ, 2-3 ਦਿਨ ਬਾਅਦ ਬੁਖਾਰ ਟੁੱਟ ਜਾਂਦਾ, ਬੰਦੇ ਕੋਈ ਟੈਸਟ ਸੋਚਦੇ ਕਿ ਮੈਂ ਠੀਕ ਹੈ, ਮੇਰੇ ਬੁਖਾਰ ਨਿਕਲ ਗਿਆ, ਹੋਇਆ ਵੀ ਹੋਊਗਾ, ਮੈਂ ਠੀਕ ਹੈ, ਮੈਨੂੰ ਕੋਈ ਜ਼ਰੂਰਤ ਨਹੀਂ ਸੈਂਪਲਿੰਗ ਦੀ। ਪਰ ਤੁਸੀਂ ਸੈਂਪਲਿੰਗ ਆਪਣੇ ਲਈ ਨਹੀਂ, ਆਪਣੇ ਪਰਿਵਾਰ ਵਾਸਤੇ, ਆਪਣੇ ਬਜ਼ੁਰਗਾਂ ਵਾਸਤੇ, ਆਪਣੀ ਸੁਸਾਇਟੀ ਵਾਸਤੇ ਕਰਾਉਣੀ ਹੈ। ਤੁਸੀਂ ਇਹ ਸੋਚਣਾ ਕਿ ਮੈਂ ਅਸਿਮਟੋਮੈਟਿਕ ਹੋ ਸਕਦਾ ਅਤੇ ਮੈਂ ਅੱਗੇ ਮੇਰੇ ਤੋਂ ਇਹ ਰੋਗ ਕਿਸੇ ਹੋਰ ਨੂੰ ਨਾ ਜਾਏ। ਇਸ ਕਰਕੇ ਇਹਦਾ ਕੋਈ ਖਰਚਾ ਨਹੀਂ ਹੈ, ਸਿਵਲ ਹਸਪਤਾਲ ਸਾਰੇ ਆਪਣੇ ਆ ਕੇ ਟੈਸਟ ਕਰਵਾਉਣਾ ਚਾਹੀਦੇ ਵੱਧ ਤੋਂ ਵੱਧ, ਤਾਂ ਕਿ ਅਸੀਂ ਇਹ ਸਪਰੈਡ ਨੂੰ ਰੋਕੀਏ। ਫਿਰ ਹੁਣ ਇਹ ਦੇਖਣ 'ਚ ਆਇਆ ਕਿ ਜਦੋਂ ਬੁਖਾਰ ਹੋ ਜਾਂਦਾ ਇੱਕ ਮਰੀਜ਼ ਨੂੰ, ਕਈ ਵਾਰੀ ਪਤਾ ਲੱਗ ਜਾਂਦਾ ਕਿ ਮੈਂ ਅਣਗਹਿਲੀ ਕਦੋਂ ਕੀਤੀ ਸੀ, ਮੈਂ ਕਦੋਂ ਬਿਨ ਮਾਸਕ ਤੋਂ ਗਿਆ ਸੀ, ਮੈਨੂੰ ਕਦੋਂ ਕੋਸ਼ਿਸ਼, ਮੈਨੂੰ ਹੋਣ ਦੇ ਕਦੋਂ ਚਾਂਸ ਸੀਗੇ, ਉਹ ਤੁਹਾਡਾ ਡੇ 1 ਬਣ ਜਾਂਦਾ। ਇਹ ਬਿਮਾਰੀ ਕਦੀ ਵੀ ਅਨਪ੍ਰਡਿਕਟੇਬਲ ਬਿਮਾਰੀ ਹੈ, ਕਿਸੇ ਨੂੰ ਕੁਛ ਸਿਮਟਮ ਨਹੀਂ ਆਉਂਦੇ, ਕਿਸੇ ਨੂੰ ਬਹੁਤ ਹੀ ਜਾਨਲੇਵਾ ਰੂਪ ਲੈ ਲੈਂਦੀ ਹੈ। ਹੁਣ ਇਹ ਲੋਕ ਸੋਚਦੇ ਆ ਕਿ ਬੁਖਾਰ ਹੋ ਗਿਆ, ਹਟ ਗਿਆ, ਮੈਂ ਠੀਕ ਹੋ ਗਿਆ, ਪਰ ਤੁਸੀਂ ਕੋਸ਼ਿਸ਼ ਕਰੋ, ਡਾਕਟਰ ਕੋਲ ਆਓ, ਆਪਣੀ ਚੈੱਕਅਪ ਕਰਾਓ, ਡਾਕਟਰ ਤੁਹਾਨੂੰ ਦੇਖੇਗਾ, ਤੁਹਾਡੇ ਐਕਸਰਾ ਜਾਂ ਜੋ ਵੀ ਚੀਜ਼ ਚਾਹੀਦੀ ਹੈ ਡਾਕਟਰ ਤੁਹਾਨੂੰ ਸਹੀ ਇਲਾਜ ਵੱਲ ਦੇਖਣਗੇ। ਇਸ ਕਰਕੇ ਘਰ ਨਾ ਬੈਠੇ ਰਹੋ। ਮਰੀਜ਼ ਸਾਡੇ ਕੋਲ, ਅਸੀਂ ਪਿਛਲੇ 3-4 ਮਹੀਨੇ ਤੋਂ ਇਹੀ ਦੇਖ ਰਹੇ ਹਾਂ ਕਿ ਮਰੀਜ਼ ਇੰਨੇ ਜ਼ਿਆਦਾ ਸਾਹਸ ਆਈ ਜਾਂਦੇ, ਕਿਉਂਕਿ ਇਹ ਤੁਹਾਡੇ ਕਰੋਨਾ ਪੂਰੇ ਸਰੀਰ 'ਤੇ ਅਸਰ ਕਰਦਾ, ਸਭ ਤੋਂ ਜ਼ਿਆਦਾ ਫੇਫੜਿਆਂ 'ਤੇ, ਸਾਹ 'ਤੇ, ਦਿਲ 'ਤੇ ਅਸਰ ਕਰਦਾ। ਸਾਹ ਦਾ ਐਕਸਰੇ, ਸਾਹ ਬਹੁਤ ਖਰਾਬ ਹੋ ਚੁੱਕਾ ਹੁੰਦਾ, ਉਹਦੀ ਸੈਚੂਰੇਸ਼ਨ ਜਿੱਦਾਂ ਅਸੀਂ ਕਹਿੰਦੇ ਹਾਂ ਆਕਸੀਜਨ ਦੀ ਮਾਤਰਾ ਦਿਲ ਦੇ ਖੂਨ ਦੇ ਵਿੱਚ ਬਹੁਤ ਜ਼ਿਆਦਾ ਘੱਟ ਜਾਂਦੀ ਹੈ, ਜਿਸ ਕਰਕੇ ਮਰੀਜ਼ ਨੂੰ ਸਾਹ ਚੜ੍ਹਨ ਲੱਗ ਪੈਂਦਾ। ਸ਼ੁਰੂਆਤੀ ਸਟੇਜ 'ਚ ਇਹ ਬਿਲਕੁਲ ਨਹੀਂ ਘੱਟ, ਅਸੀਂ ਇਸ ਬਿਮਾਰੀ 'ਚ ਮਰੀਜ਼ ਨੂੰ ਪਤਾ ਹੀ ਨਹੀਂ ਲੱਗਦਾ, ਆਮ ਤੌਰ 'ਤੇ 95% ਤੋਂ ਉੱਪਰ ਹੁੰਦੀ ਹੈ, ਪਰ ਇਸ ਬਿਮਾਰੀ 'ਚ ਸ਼ੁਰੂ 'ਚ ਮਰੀਜ਼ ਨੂੰ ਪਤਾ ਹੀ ਨਹੀਂ, ਅੰਦਾਜ਼ਾ ਹੀ ਨਹੀਂ ਹੁੰਦਾ ਕਿ ਮੈਨੂੰ ਸਾਹ ਵੀ ਚੜ੍ਹ ਰਿਹਾ। ਮਰੀਜ਼ ਇੰਨੇ ਕੁ ਲੇਟ ਹਸਪਤਾਲਾਂ 'ਚ ਪਹੁੰਚਦੇ ਹੈ ਜਦੋਂ ਬਿਲਕੁਲ ਹੀ ਅੱਤ ਹੋ ਚੁੱਕੀ ਹੁੰਦੀ ਹੈ ਅਤੇ ਫੇਫੜੇ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਹੁੰਦੇ। ਇਸ ਕਰਕੇ ਮੈਂ ਇਹੀ ਸਭ ਨੂੰ ਬੇਨਤੀ ਕਰੂੰਗਾ ਕਿ ਜਲਦੀ ਤੋਂ ਜਲਦੀ ਡਾਕਟਰ ਕੋਲ ਪਹੁੰਚੇ, ਆਪਣਾ ਟੈਸਟ ਆਪਣੇ ਲਈ ਨਹੀਂ ਸਗੋਂ ਆਪਣੇ ਪਰਿਵਾਰ ਵਾਸਤੇ ਕਰਾਏ। ਜੇ ਤੁਹਾਨੂੰ ਕਿਸੇ ਨੂੰ ਬੁਖਾਰ ਜਾਂ ਖਾਂਸੀ ਜਾਂ ਨੱਕ 'ਚ ਸੁੰਘਣ ਦੀ ਸ਼ਮਤਾ ਘੱਟਦੀ ਹੈ ਤਾਂ ਆਪਣੇ ਆਪ ਨਾਲ ਟੈਸਟ ਕਰਵਾਉਣਾ ਚਾਹੀਦਾ। ਫਿਰ ਦੂਜੀ ਗੱਲ ਇਹ ਹੈ ਕਿ ਆਪਣਾ ਜਿਹੜੇ ਛੋਟੇ ਬੱਚੇ ਹੈ ਅਤੇ ਬਜ਼ੁਰਗ ਬੰਦੇ ਹੈ ਉਹਨਾਂ ਦਾ ਖਾਸ ਕਰਕੇ ਧਿਆਨ ਰੱਖਣ ਦੀ ਜ਼ਰੂਰਤ ਹੈ, ਅਤੇ ਜਿਹਨਾਂ ਨੂੰ ਕੋਮੋਰਬਿਡਿਟੀ ਹੈਗੀ ਹੈ, ਜਿਹਨਾਂ ਨੂੰ ਕੋਈ ਨਾਲ ਪਹਿਲਾਂ ਦੀ ਬਿਮਾਰੀਆਂ, BP, ਸ਼ੂਗਰ, ਕਿਡਨੀ, ਹਾਰਟ ਡਿਜ਼ੀਜ਼, ਅਸਥਮਾ, ਇਹ ਬੰਦੇ ਜ਼ਿਆਦਾ ਬਿਮਾਰੀ ਤੋਂ ਭਿਆਨਕ ਰੂਪ ਇਹਨਾਂ ਦੇ ਵਿੱਚ ਲੈਂਦੀ ਹੈ, ਇਹਨਾਂ ਬੰਦਿਆਂ ਨੂੰ ਜ਼ਿਆਦਾ ਸਾਂਭ ਦੀ ਲੋੜ ਹੈ। ਇਸੇ ਕਰਕੇ ਤੁਸੀਂ ਜਦੋਂ ਘਰ ਆਉਂਦੇ ਹੋ, ਜਿਹੜਾ ਬੰਦਾ ਵਰਕਿੰਗ ਬੰਦਾ ਉਹ ਘਰ ਆ ਕੇ ਆਪਣੇ ਬਜ਼ੁਰਗਾਂ ਤੋਂ ਉਦੋਂ ਹੀ ਮਿਲੇ ਜਦੋਂ ਘਰ ਆ ਕੇ ਪ੍ਰੋਪਰ ਨਹਾ ਧੋ ਲਏ, ਆਪਣੇ ਗਰਾਰੇ ਕਰਨ, ਸਟੀਮ ਲੈਣ, ਆਪਣੀ ਪ੍ਰੀਕੋਸ਼ਨ ਲੈ ਕੇ ਆਪਣੇ ਬਜ਼ੁਰਗਾਂ ਨੂੰ ਮਿਲੇ। ਘਰ 'ਚ ਆਪਣੇ ਤੁਸੀਂ ਆਪਣੇ ਨਾਲੋਂ ਆਪਣੇ ਪਰਿਵਾਰ ਦੀ ਜ਼ਿਆਦਾ ਸਾਂਭ ਰੱਖਣੀ ਹੈ। ਇਸ ਕਰਕੇ ਹਰ ਬੰਦਾ ਜੇ ਸੋਚੇਗਾ, ਆਪਣਾ ਬੀੜਾ ਉਠਾ ਲਏਗਾ ਕਿ ਮੈਂ ਕਰੋਨਾ ਤੋਂ ਬਚਣਾ, ਮੈਂ ਆਪਣੇ ਪਰਿਵਾਰ ਨੂੰ ਬਚਾਉਣਾ, ਅਤੇ ਕਰੋਨਾ ਫਿਰ ਸਾਡਾ ਕੁਛ ਨਹੀਂ ਕਰ ਸਕੇਗਾ। ਹਰ ਬੰਦਾ ਆਪਣਾ ਅਤੇ ਆਪਣੇ ਦੇਸ਼ ਵਾਸਤੇ, ਅਸੀਂ ਇਸ ਕਰੋਨਾ ਦੀ ਮਹਾਂਮਾਰੀ ਤੋਂ ਡੱਟ ਕੇ ਲੜਨਾ ਹੈ, ਅਤੇ ਅਸੀਂ ਜਲੰਧਰ ਵਾਸੀਆਂ ਇਹੀ ਪ੍ਰਾਰਥਨਾ ਕਰਦੇ ਹਾਂ ਰੱਬ ਅੱਗੋਂ ਕਿ ਕਰੋਨਾ ਨਾਮਕ ਇਹ ਜਿਹੜੀ ਮਹਾਂਮਾਰੀ ਫੈਲੀ ਹੈ ਇਹ ਜਲਦੀ ਤੋਂ ਜਲਦੀ ਖਤਮ ਹੋਏ ਅਤੇ ਅਸੀਂ ਸਾਰੇ ਫਿਰ ਪਹਿਲੇ ਵਾਂਗਰ ਜਲੰਧਰ ਖੁਸ਼ਹਾਲ ਹੋਵੇ। ਧੰਨਵਾਦ।